ਬੇਟੀ ਮੈਥਲੀ ਜੋ ਪਿਛਲੇ ਵਰ੍ਹਿਆਂ ਤੋਂ ਇਸ ਗੁਰਮਤਿ ਸਮਾਗਮ ਦੇ ਵਿੱਚ ਸ਼ਾਮਿਲ ਹੋਈ ਹੈ ਉਸ ਦਾ ਵੀ ਧੰਨਵਾਦ ਹੈ। ਇਸ ਦਾ ਆਪਣਾ ਮੁਕਾਮ ਹੈ ਬੇਟੀ ਦਾ, ਬਹੁਤ ਵੱਡਾ ਇਸ ਦਾ ਖੇਤਰਫਲ ਹੈ, ਪੂਰੇ ਵਿਸ਼ਵ ਵਿੱਚ ਇਸ ਨੂੰ ਲੋਕ ਜਾਣਦੇ ਹਨ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਬੇਟੀ ਦਾ ਮੇਰੇ ਨਾਲ ਸਨੇਹ ਹੈ ਔਰ ਇਸੇ ਕਰਕੇ ਮੇਰੇ ਨਾਲ ਬੇਟੀ ਹੈ। ਬੇਟਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਹਰਜੀਓ ਕਿਰਪਾ ਕਰੋ ਤੁਮ ਪਿਆਰੇ, ਹਰਜੀਓ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੋ, ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਅਧਾਰ, ਹਰ ਨਾਮ ਦੇਵੋ ਅਧਾਰ, ਹਰ ਜੀਓ ਕਿਰਪਾ ਕਰੋ ਦਿਨ ਸਤਿਗੁਰ ਸੇਵੇ ਬਹੁਤ ਦੁੱਖ ਲਾਗਾ, ਦਿਨ ਸਤਿਗੁਰ ਸੇਵੇ ਬਹੁਤ ਦੁੱਖ ਲਾਗਾ, ਜੁਗ ਚਾਰੇ ਜੁਗ ਚਾਰੇ ਪਰਮਾਰ, ਹਮ ਦੀਨ ਤੁਮ ਜੁਗ ਚੁਕਤਾ ਦੇ, ਹਮ ਦੀਨ ਤੁਮ ਜੁਗ ਚੁਕਤਾ ਦੇ, ਸਭ ਦੇ ਬਜਾਈ, ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, ਹਰ ਜੀਓ ਕਿਰਪਾ ਕਰੋ। ਮਨਸਾ ਮਾਰ ਜੁਪਿਤਾ ਸਹਿਜ ਸਮਾ,
ਹਰ ਰਸ ਚਾਖ ਮਨ ਨਿਰਮਲ ਹੋਆ ਜੇ ਹਰ ਰਸ ਚਾਖ ਮਨ ਨਿਰਮਲ ਹੋਆ ਦਿਲ ਬਿਕ ਕਾਟਣ ਹਾਰਾ ਦਿਲ ਬਿਕ ਕਾਟਣ ਸ਼ਬਦ ਮਰੋ ਫਿਰ ਜੀਵੋ ਸਦਹੀ ਸ਼ਬਦ ਮਰੋ ਫਿਰ ਜੀਵੋ ਸਦਹੀ ਤਾਂ ਫਿਰ ਮਰਨ ਨਾ ਹੋਈ ਤਾਂ ਫਿਰ ਮਰਨ ਨ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੈ ਕੋਈ ਕਰੋ ਤੁਮ ਪਿਆਰੇ।
ਚੱਕੀ ਹੱਥ ਲਾਪਣੈ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਪਾਵੇ ਇਸ ਦੀ ਦਾਤ ਰੱਖੀ ਹੱਥ ਆਪਣੇ ਜਿਸ ਪਾਵੇ ਇਸ ਦੀ ਦਾਤੇ ਪਾਵੇ ਤਿਸ ਦੇ ਨਾਨਕ ਨਾਮ ਰਤੇ ਸੁਖ ਪਾਇਆ ਨਾਨਕ ਨਾਮ ਰਤੇ ਸੁਖ ਪਾਇਆ ਦਰਗਹ ਜਾ ਪੈਸੇ ਦਰਦ ਹੈ ਜਾ ਪੈਸੇ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ ਸਤਿਗੁਰ ਦਾਤਾ ਹਰ ਨਾਮ ਜੀ ਕੇ ਰੰਗਰੀ
ਪਰਤਾ ਕਹੇ
ਪਰਤਾ ਕਹ ਸਮਾਨੀ ਇਹ ਸ਼ਿੰਗਾਰ ਬਣਾਏਗੀ ਦੂਜਾ ਪਾਉ ਵਿਸਾਰੀਏ ਇਹ ਤੰਬੂ ਜਾਣ
ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਦੰਗਰੀ ਇਹ ਮਨ ਸੁੰਦਰ ਆਪਣਾ ਸ਼ਿੰਗਾਰ ਸਭ ਸਾਈਂ ਰੂਪ ਅਪਾਰੀ ਸਾਈ ਸੁਹਾਗਣ ਨਾਨਕਾ ਜੋ ਪਾਣੀ ਸਿਆਣਪ ਜਾਤਰੀ ਤੂੰ ਜਾਣ ਗੋਪਾਲ ਸੰਗਰੀ ਇਹ ਮਨ ਸੁੰਦਰ ਆਪਣਾ ਆਪਣਾ ਹਰ ਨਾਮ ਮਜੀਠੇ।
ਸਨਮਾਨਯੋਗ ਸਤਸੰਗੀ ਜਨੋ, ਮੇਰਾ ਖਿਆਲ 21 ਸਾਲ ਹੋ ਗਏ ਆਪਾਂ ਨੂੰ, 24 ਸਾਲ ਹੋ ਗਏ, 24 ਸਾਲ ਹੋ ਗਏ ਇਸ ਗੁਰਮਤਿ ਸਮਾਗਮ ਨੂੰ ਹੁੰਦਿਆਂ। ਔਰ ਇਹ ਮੈਨੂੰ ਪਤਾ ਹੈ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਉਦੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਵੀ ਅਜੇ ਅਧੂਰੀ ਸੀ ਔਰ ਰਸਤਾ ਵੀ ਜੋ ਰਸਤੇ ਜਿਸ ਰਸਤੇ 'ਤੇ ਪਾਉਂਦੇ ਹਾਂ ਚੱਲ ਕੇ ਉਹ ਵੀ ਕੱਚਾ ਸੀ। ਉਹ ਰਸਤੇ ਵੀ ਪੱਕੇ ਹੋ ਗਏ, ਗੁਰਦੁਆਰੇ ਦੀ ਇਮਾਰਤ ਵੀ ਵੱਡੀ ਹੋ ਗਈ, ਇਹ ਘਰ ਵੀ ਆਸੇ ਪਾਸੇ ਕੱਚੇ ਸੀਗੇ, ਪੱਕੇ ਹੋ ਗਏ ਸਾਰੇ। ਇਹ ਪੰਡਾਲ ਵੀ ਬੜਾ ਛੋਟਾ ਸੀਗਾ, ਇਹ ਮੇਰਾ ਖਿਆਲ 4 ਗੁਣਾ ਵੱਡਾ ਹੋ ਗਿਆ। ਔਰ ਕਾਫਲਾ ਬੜਾ ਛੋਟਾ ਸੀਗਾ ਜਿਨ੍ਹਾਂ ਨੇ ਸ਼ੁਰੂ ਕੀਤਾ ਸੀ, ਅੱਜ ਕਾਫਲਾ ਵੀ ਬਹੁਤ ਵੱਡਾ ਹੋ ਗਿਆ। ਕੀਰਤਨੀਏ ਉਸ ਵੇਲੇ ਤਾਂ ਮੈਂ ਇਕੱਲਾ ਹੀ ਸੀ, ਹੁਣ ਸਤਿਗੁਰੂ ਦੀ ਬਖਸ਼ਿਸ਼ ਹੈ, ਚੱਲਦਿਆਂ ਚੱਲਦਿਆਂ ਬਹੁਤ ਵੱਡੇ ਵੱਡੇ ਕੀਰਤਨੀਏ ਇਹਨਾਂ ਗੁਰਮਤਿ ਸਮਾਗਮਾਂ ਵਿੱਚ ਆਉਂਦੇ ਹਨ, ਵੱਡੇ ਵੱਡੇ ਢਾਡੀ ਔਰ ਕਥਾਵਾਚ। ਸਤਿਗੁਰ ਦੀ ਮਿਹਰਾਮਤ ਹੈ, ਹਰ ਵਾਰੀ ਰੰਗ ਬਦਲਦਾ ਹੈ, ਸਤਿਗੁਰ ਦੀ ਬਖਸ਼ਿਸ਼ ਹੁੰਦੀ ਹੈ, ਬਹੁਤਾਤ ਸੰਗਤ ਜਿਹੜੀ ਉਹ ਇਸ ਗੁਰਮਤਿ ਸਮਾਗਮ ਵਿੱਚ ਆਉਂਦੀ ਹੈ। ਪਰ ਸਤਿਗੁਰ ਬਖਸ਼ਿਸ਼ ਕਰੇ ਇਹ ਗੁਰਮਤਿ ਸਮਾਗਮ ਇਸੇ ਤਰ੍ਹਾਂ ਹੁੰਦੇ ਰਹਿਣ ਅਤੇ ਤੁਹਾਡੀ ਗਿਣਤੀ ਵੱਧਦੀ ਰਹੇ। ਵੱਧ ਚੜ੍ਹ ਕੇ ਅਸੀਂ ਇਹਨਾਂ ਗੁਰਮਤਿ ਸਮਾਗਮਾਂ ਵਿੱਚੋਂ ਕੁਝ ਲਾਹਾ ਲਈਏ। ਮੈਂ ਮਾਸਟਰ ਜੋਗਿੰਦਰ ਸਿੰਘ ਹੁਰੀ ਬੜਾ ਪੰਥ ਦਾ ਦਰਦ ਰੱਖਦੇ ਹਨ ਅਤੇ ਅਸੀਂ ਦੋਨੇ ਬੈਠੇ ਅੰਦਰ ਛੋਟੀ ਜਿਹੀ ਇੱਕ ਗੱਲ ਕਰਦੇ ਸਾਂ ਕਿ ਅਸੀਂ ਸਾਡੀ ਰੂਪ ਰੇਖਾ ਬਦਲਦੀ ਜਾਂਦੀ ਹੈ ਸਿੱਖਾਂ ਦੀ। ਉਸਦਾ ਸਭ ਤੋਂ ਵੱਡਾ ਕਾਰਨ ਹੈ ਕਿ ਬਾਣੀ ਪੜ੍ਹਦੇ ਨਹੀਂ, ਜੇ ਬਾਣੀ ਪੜ੍ਹਦੇ ਹਾਂ ਤਾਂ ਉਸ ਨੂੰ ਵਿਚਾਰਦੇ ਨਹੀਂ। ਜੇ ਅਰਥ ਬੋਧ ਹੈ ਵੀ ਤਾਂ ਉਸ ਨੂੰ ਆਪਣੇ 'ਤੇ ਲਾਗੂ ਨਹੀਂ ਕਰਦੇ। ਆਓ ਸਤਿਗੁਰੂ ਦੀ ਬਾਣੀ ਨੂੰ ਸਮਝੀਏ, ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝੀਏ। ਅਸੀਂ ਉਹ ਮਹਾਂਪੁਰਸ਼ ਜਿਨ੍ਹਾਂ ਜਾਤ ਬਰਾਦਰੀਆਂ ਨਾਲ ਸੰਬੰਧਿਤ ਹਨ ਉਹਨਾਂ ਨੂੰ ਕੋਲ ਬਿਠਾਈਏ, ਉਹਨਾਂ ਦੇ ਕੋਲ ਬੈਠੀਏ। ਗੁਰੂ ਘਰ ਦੇ ਵਿੱਚ ਕੋਈ ਜਾਤ ਨਹੀਂ ਹੈ, ਕੋਈ ਪਾਤ ਨਹੀਂ ਹੈ, ਕੋਈ ਊਚ ਨਹੀਂ ਹੈ, ਕੋਈ ਨੀਵਾਂ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਸਾਂਝੀਵਾਲਤਾ ਦਾ ਇੱਕੋ ਇੱਕ ਧਰਮ ਗ੍ਰੰਥ ਹੈ ਇਸ ਸੰਸਾਰ ਵਿੱਚ। ਗੁਰੂ ਨਾਨਕ ਸਾਹਿਬ ਦੀ ਗਲਵਕੜੀ ਇੰਨੀ ਵੱਡੀ ਹੈ ਕਿ ਪੂਰੇ ਸੰਸਾਰ ਵਾਸਤੇ ਹੈ ਉਪਦੇਸ਼, ਪੂਰੇ ਸੰਸਾਰ ਨੂੰ ਗਲਵਕੜੀ ਵਿੱਚ ਲੈਂਦਾ ਹੈ। ਪਰ ਖਿਮਾ ਕਰਨਾ, ਅਸੀਂ ਛੋਟੇ ਛੋਟੇ ਗਰੁੱਪਾਂ ਦੇ ਵਿੱਚ ਬਦਲ ਗਏ ਹਾਂ। ਮੇਰਾ ਖਿਆਲ ਪਿਛਲੇ ਸਾਲ ਨਹੀਂ ਸੀ ਆਇਆ, ਇਹਨਾਂ 24 ਸਾਲਾਂ ਵਿੱਚ ਇੱਕ ਵਾਰੀ ਨਾਗਾ ਪਿਆ ਹੈ, ਉਸ ਦੀ ਵੀ ਮੈਂ ਖਿਮਾ ਮੰਗਦਾ ਹਾਂ। ਔਰ ਉਸ ਤੋਂ ਪਹਿਲਾਂ ਮੈਂ 2 ਸਾਲ ਪਹਿਲਾਂ ਮੈਂ ਬੇਨਤੀ ਇਹੀ ਕਰਕੇ ਗਿਆ ਸੀ ਕਿ ਆਓ ਆਪਾਂ ਮਿਲ ਬੈਠੀਏ, ਗਰੁੱਪਬਾਜ਼ੀ ਆਪਾਂ ਛੱਡ ਦੇਈਏ। ਮੈਂ ਖਿਮਾ ਕਰਨਾ, ਜਦੋਂ ਕਿਤੇ ਗਰੁੱਪਾਂ ਦੇ ਆਪਸ ਵਿੱਚ ਸਮਝੌਤਾ ਹੁੰਦਾ ਨਾ ਤਾਂ ਕਹਿੰਦੇ ਏਕਤਾ ਹੋ ਗਈ। ਏਕਤਾ ਕਿਉਂ ਹੋ ਗਈ, ਕਿੱਥੇ ਹੋ ਗਈ ਏਕਤਾ? ਏਕਤਾ ਤਾਂ ਹੈ ਜੇ ਸਾਡੀ ਗਿਣਤੀ ਨੇ ਵਿੱਚ ਰਹੇ, ਇੰਨੇ ਗਰੁੱਪ ਹਨ। ਜੇ ਗਰੁੱਪ ਵੱਖਰੇ ਹਨ ਤਾਂ ਇਸਦਾ ਮਤਲਬ ਆਪਣੇ ਆਪਣੀ ਹੋਂਦ ਵੱਖਰੀ ਵੱਖਰੀ ਬਣਾਈ ਬੈਠੇ ਹਾਂ। ਆਪ ਨੂੰ ਯਾਦ ਹੋਏਗਾ ਮੈਂ ਉਦੋਂ ਵੀ ਇਹ ਗੱਲ ਕਹੀ ਅਤੇ ਸ਼ਬਦ ਵੀ ਸੁਣਾਇਆ ਸੀ, ਹਮ ਹਰ ਸਿਉਂ ਧੜਾ ਕੀਆ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਧੜੇ ਦੇ ਨਾਲ ਜੁੜ ਜਾਈਏ,
ਤਾਂ ਹੀ ਸਾਡਾ ਭਲਾ ਹੋਏਗਾ, ਅਤੇ ਨਹੀਂ ਤਾਂ ਜਿਹੜਾ ਹਾਲ ਹੋ ਰਿਹਾ ਹੈ, ਜਿਹੜਾ ਹੋਣਾ ਹੈ, ਇਸ ਨਾਲੋਂ ਜ਼ਿਆਦਾ ਬਦਤਰ ਹੈ। ਅੱਜ ਹੁ ਸਮਝ ਕੱਚ ਵਿਗੜਿਓ ਨਾਹੀਂ। ਅਸੀਂ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲਈਏ, ਗੁਰੂ ਗ੍ਰੰਥ ਸਾਹਿਬ ਦੇ ਹੋ ਜਾਈਏ, ਗੁਰੂ ਦੀ ਸ਼ਰਨ ਵਿੱਚ ਪਈਏ। ਨਹੀਂ ਤਾਂ ਬਹੁਤ ਕੁਝ ਹੋ ਰਿਹਾ ਹੈ ਜੀ, ਇੱਥੇ ਮਜ਼ਾਰਾਂ ਵਾਲਿਆਂ ਦਾ ਜ਼ੋਰ ਪੈ ਰਿਹਾ, ਪਤਾ ਤੁਹਾਨੂੰ ਇਸ ਗੱਲ ਦਾ? ਬਹੁ ਗਿਣਤੀ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਹਨ ਬਾਹਰੀ, ਉਹ ਉੱਥੇ ਜਾਂਦੇ ਹਨ, ਉਹਨਾਂ ਦੇ ਪੂਜਕ ਹੋ ਗਏ ਹਨ। ਸਾਡਾ ਇੱਕ ਸਿੰਗਰ ਹੈ ਜਸਵੀਰ ਜੱਸੀ, ਜ਼ਿਲ੍ਹਾ ਗੁਰਦਾਸਪੁਰ ਦਾ ਜੰਮਪਲ ਹੈ। ਉਸਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ, ਨੈਤਿਕ ਜ਼ਿੰਮੇਵਾਰੀ ਸਮਝਦਾ ਹੋਇਆ, ਕਿਉਂਕਿ ਜਿਹੜੇ ਮਜ਼ਾਰਾਂ ਦਾ ਪ੍ਰਚਾਰ ਕਰ ਰਹੇ ਹਨ ਉਹ ਸਿੰਗਰ ਹਨ, ਔਰ ਉਸਦੇ ਅੰਦਰ ਗੁਰੂ ਗ੍ਰੰਥ ਸਾਹਿਬ ਵਸਿਆ ਹੋਇਆ ਹੈ। ਉਸਨੇ ਇਹ ਹਿੰਮਤ ਕੀਤੀ ਹੈ ਅਜਿਹੇ ਹਾਲਾਤਾਂ ਦੇ ਵਿੱਚ ਕਿ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆਂ ਨੂੰ ਮੋੜ ਕੇ ਲੈ ਕੇ ਆਵਾਂ, ਯਤਨ ਕਰ ਰਿਹਾ ਹੈ। ਸਾਨੂੰ ਉਸ ਨੌਜਵਾਨ ਦਾ ਸਾਥ ਵੀ ਦੇਣਾ ਚਾਹੀਦਾ ਹੈ, ਉਸਦੇ ਅੰਦਰ ਸਿੱਖੀ ਦੀ ਚਿਣਗ ਹੈ। ਇਹ ਨਾ ਦੇਖੀਏ ਕਿ ਉਹ ਸਿੰਗਰ ਹੈ, ਉਸਨੇ ਸਿਰ ਮਨਾਇਆ ਹੈ, ਉਹ ਉਸਦਾ ਪ੍ਰੋਫੈਸ਼ਨ ਹੈ, ਪਰ ਉਸਦੇ ਅੰਦਰ ਪੰਥ ਲਈ ਦਰਦ ਹੈ। ਇਸ ਕਰਕੇ ਆਓ ਹਮਲਾ ਮਾਰੀਏ, ਜਿਹੜੇ ਭਰਾ ਸਾਡੇ ਲਕੀਰ ਟੱਪ ਗਏ ਹਨ ਉਹਨਾਂ ਨੂੰ ਮੋੜਨਾ ਬੜਾ ਮੁਸ਼ਕਲ ਹਨ, ਜਿਹੜੇ ਲਕੀਰ ਦੇ ਕੋਲ ਖੜ੍ਹੇ ਹਨ ਉਹਨਾਂ ਨੂੰ ਵਾਪਸ ਲਿਆਈਏ, ਉਹਨਾਂ ਨੂੰ ਪੁੱਛੀਏ ਕਿਉਂ ਜਾ ਰਹੇ ਹੋ, ਉਹਨਾਂ ਦਾ ਹਾਲ ਪੁੱਛੀਏ, ਉਹਨਾਂ ਨੂੰ ਕੋਲ ਬਿਠਾਈਏ, ਉਹਨਾਂ ਨੂੰ ਸੁਣਾਈਏ, ਉਹਨਾਂ ਕੋਲੋਂ ਕੁਝ ਸੁਣੀਏ, ਸੋ ਤਾਂ ਗੱਲ ਬਣੇਗੀ ਜੀ। ਭੁੱਲਾਂ ਚੁੱਕਾਂ ਦੀ ਖਿਮਾ ਪੰਥ ਦੇ ਮਹਾਨ ਵਿਦਵਾਨ ਕੀਰਤਨੀਏ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ, ਜਿਨ੍ਹਾਂ ਨੂੰ ਇਹ ਮਾਣ ਹੈ ਕਿ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੀਰਤਨੀ ਹੈ, ਔਰ ਬਹੁਤ ਵੱਡੇ ਕੀਰਤਨੀ ਹਨ। ਉਮਰ ਬੇਸ਼ੱਕ ਮੇਰੇ ਨਾਲੋਂ ਮੇਰੇ ਬਰਾਬਰ ਹੀ ਹੋਵੇਗੀ, ਥੋੜ੍ਹਾ ਬਹੁਤ ਫਰਕ ਹੋਏਗਾ, ਪਰ ਮੇਰੇ ਨਾਲੋਂ ਗੁਣਾਂ ਵਿੱਚ ਅਤੇ ਖਾਸ ਕਰਕੇ ਇਸ ਕਰਕੇ ਬਹੁਤ ਵੱਡੇ ਹਨ ਕਿਉਂਕਿ ਉਹ ਉਸ ਥਾਂ 'ਤੇ ਬੈਠ ਕੇ ਕੀਰਤਨ ਕਰਦੇ ਹਨ ਜਿੱਥੇ ਧੰਨ ਗੁਰੂ ਅਰਜਨ ਦੇਵ ਜੀ ਕਦੇ ਬੈਠ ਕੇ ਸਰੰਦੇ ਨਾਲ ਕੀਰਤਨ ਕਰਿਆ ਕਰਦੇ ਸਨ। ਸੋ ਉਹਨਾਂ ਨੂੰ ਵਡਿਆਉਣ ਦੀ ਲੋੜ ਨਹੀਂ, ਉਹ ਆਪਣੇ ਆਪ ਵਿੱਚ ਗੁਰੂ ਰਾਮਦਾਸ ਦੇ ਕੀਰਤਨੀ ਹਨ ਅਤੇ ਗੁਰੂ ਰਾਮਦਾਸ ਦੇ ਘਰ ਦੇ ਕੀਰਤਨੀ ਬਹੁਤ ਵੱਡੇ ਹਨ। ਬੇਟੀ ਮੈਥਲੀ ਜੋ ਪਿਛਲੇ ਵਰ੍ਹਿਆਂ ਤੋਂ ਇਸ ਗੁਰਮਤਿ ਸਮਾਗਮ ਦੇ ਵਿੱਚ ਸ਼ਾਮਿਲ ਹੋਈ ਹੈ ਉਸ ਦਾ ਵੀ ਧੰਨਵਾਦ ਹੈ। ਇਸ ਦਾ ਆਪਣਾ ਮੁਕਾਮ ਹੈ ਬੇਟੀ ਦਾ, ਬਹੁਤ ਵੱਡਾ ਇਸ ਦਾ ਖੇਤਰਫਲ ਹੈ, ਪੂਰੇ ਵਿਸ਼ਵ ਵਿੱਚ ਇਸ ਨੂੰ ਲੋਕ ਜਾਣਦੇ ਹਨ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਬੇਟੀ ਦਾ ਮੇਰੇ ਨਾਲ ਸਨੇਹ ਹੈ ਔਰ ਇਸੇ ਕਰਕੇ ਉਹ ਮੇਰੇ ਨਾਲ ਬੇਟੀ ਹੈ। ਬੇਟਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਧੰਨਵਾਦ ਭਾਈ ਨਿਸ਼ਾਨ ਸਿੰਘ ਹੋਰਾਂ ਦਾ, ਪਰਿਵਾਰ ਦਾ, ਆਪ ਸਾਰੀਆਂ ਸੰਗਤਾਂ ਦਾ, ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।